अमरनाथ शरीफ से आम आदमी पार्टी तो विचार वटांदरे तुहाडे सुझा उन्हां चो बहुत कुछ निकल रहा है असीं नोट करदे आं बकायदा जो सुझा तुसीं दिंदे हो जां कोई शिकवे ने तुहाडे जां क्योंकि तुसीं ग्राउंड ते रहिंदे हो तुसीं लोकां दे कुंडे खड़काउंदे हो ते तुसीं वख-वख पार्टी दे जिहड़े एजेंडे ने जां प्रोग्राम ने उन्हां नूं लै के घरां च जांदे हो की समस्यावां किहड़े किहड़े सवालां दा तुहानूं सामना करना पैंदा है उन्हां सवालां दे जवाब जिहड़े ने ਉਹ ਪਾਰਟੀ ਵੱਲੋਂ ਤਿਆਰ ਕਰਨੇ ਉਹ ਸਾਡਾ ਫਰਜ਼ ਬਣਦਾ ਸੋ ਮੈਂ ਤੁਹਾਡੇ ਨਾਲ ਹਾਂ ਅਤੇ ਬਾਕੀ ਬਸ ਹੁਣ ਫਿਰ ਸ਼ੁਰੂ ਕਰ ਲੈਂਦੇ ਹਾਂ ਅਤੇ ਜੋ ਵੀ ਜਿਸ ਤਰੀਕੇ ਨਾਲ ਵੀ ਤੁਹਾਡੀ ਲਿਖਿਆ ਹੋਇਆ ਨੰਬਰ ਉਹ ਸੀਰੀਅਲ ਵਾਈਜ਼ ਤੁਹਾਡਾ ਨੰਬਰ ਆਜੂਗਾ ਕੋਸ਼ਿਸ਼ ਅਸੀਂ ਇਹੀ ਕਰਾਂਗੇ ਕਿ ਦੂਰ ਵਾਲਿਆਂ ਦਾ ਪਹਿਲਾਂ ਨੰਬਰ ਆ ਜਾਵੇ ਤਾਂ ਕਿ ਤੁਹਾਨੂੰ ਜਾਣ ਵੇਲੇ ਕੋਈ ਜ਼ਿਆਦਾ ਹਨੇਰਾ ਨਾ ਹੋਵੇ ਹਾਲਾਂਕਿ ਰਾਤ ਦੇ 10 ਵੱਜ ਜਾਂਦੇ ਕੱਲ੍ਹ ਵੀ ਰਾਤ ਦੇ 9:30 ਪੌਣੇ 10 ਵੱਜ ਗਏ ਸੀ खून नाल चिट्ठियां लिख के भी लेके आए सी इस तो बड़ा होर की मतलब हो सकता है के प्यार ही लिखा है जी खून दी खून नाल चिट्ठी लिखी हुई है जी ओदे च यही कहा सी कि असीं तुहानूं प्यार करदे हां जी ते साडा सीएम साडा सीएम क्योंकि ये वो लोग ने जेडे मेरे गड्डियां मूहरे मोटरसाइकिल लाउंदे ने जेडे मेरी गड्डी दे मूहरे आपदे पल्लियों तेल पवा के काफले बनाउंदे ने ਇਹਨਾਂ ਦੇ ਕਾਫਲਿਆਂ ਤੋਂ ਡਰ ਕੇ ਹੀ ਵਿਰੋਧੀ ਧਿਰ ਜਿਹੜੀ ਹੈ ਉਹ ਘਬਰਾਉਂਦੀ ਹੈ ਬਖਲਾਹਟ 'ਚ ਆਉਂਦੀ ਹੈ ਇਹ ਉਹੀ ਨੇ ਜਿਹੜੇ ਵੱਡੇ ਵੱਡੇ ਦਿੱਗਜਾਂ ਨੂੰ ਹਰਾਉਂਦੇ ਨੇ ਵਿਰੋਧੀ ਧਿਰ ਸਰ ਡਰਦੀ ਆ ਪਰ ਇਹ ਮੰਗ ਕਰ ਰਹੇ ਨੇ ਕਿ ਪੰਚਵਾਂ ਨੂੰ ਸੀਐਮ ਤੀਰਾ ਲਾਣਾ ਜਾਵੇ ਪਾਰਟੀ ਕੀ ਕਹਿੰਦੀ ਹੈ ਇਹ ਸਾਡੀ ਪਾਰਟੀ ਦਾ ਅੰਦਰੂਨੀ ਹੈਗਾ ਇਹਨਾਂ ਦਾ ਹੱਕ ਹੈਗਾ ਕਿ ਪਾਰਟੀ ਨੂੰ ਇਹ ਨਹੀਂ ਮੰਗ ਕਰ ਰਹੇ ਇਹ ਲੋਕਾਂ ਦੀ ਆਵਾਜ਼ ਦੱਸ ਰਹੇ ਨੇ ਕਿ ਸਾਨੂੰ ਲੋਕ ਐਂ ਕਹਿੰਦੇ ਨੇ ਸੋ ਲੋਕਾਂ ਦੀ ਆਵਾਜ਼ ਨੂੰ ਮਤਲਬ ਪਾਰਟੀ ਤੱਕ ਪਹੁੰਚਾਉਣਾ ਇਹਨਾਂ ਦਾ ਵੀ ਫਰਜ਼ ਹੈ ਮੇਰਾ ਵੀ ਫਰਜ਼ ਹੈ ਪਰ ਪਾਰਟੀ ਜੋ ਵੀ ਫੈਸਲਾ ਲਊਗੀ ਉਹਦੇ ਨਾਲ ਖੜਾਂਗੇ ਅੱਜ ਤੁਹਾਡਾ ਸੰਪਰਕ ਕਰਿਆ ਉਸ ਰਾਜਾ ਚੰਡੀਗੜ੍ਹ ਦੇ ਵਿੱਚ ਵੀ ਹਰਪਾਲ ਜੀ ਮਾਦੇ ਘਰ ਦੇ ਬਾਹਰ ਵੀ ਸਮਰਥਕ ਪਹੁੰਚੇ ਨੇ ਇਸ ਮੰਗ ਨੂੰ ਲੈ ਕੇ ਦੱਸ ਦਾਂਗੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਪਰ ਕਦੋਂ ਕੋ ਮਿਲ ਸਕਦੀ ਹੈ ਜਾਣਕਾਰੀ ਕਿਉਂਕਿ ਤਾਬਲੇ ਨੇ ਤੁਹਾਡੇ ਕੋਈ ਗੱਲ ਨਹੀਂ ਪਹਿਲਾਂ ਸਾਨੂੰ ਇਹਨਾਂ ਦੀ ਸੇਵਾ ਕਰ ਲੈਣ ਦੇ ਇਹਨਾਂ ਗੱਲਾਂ ਸੁਣ ਲੈਣ ਦੋ ਉਦੋਂ ਤੁਹਾਨੂੰ ਵੀ ਦੱਸ ਵਧੀਆ ਗੱਲ ਕਿਸਾਨੀ ਜਿਹੜੀ ਉਹ ਜੁਗਤੀ ਇਹ ਕੱਲਾ ਪਹਿਲਾਂ ਇਹ ਕਹਿੰਦੇ ਸੀਗੇ ਇਹ ਜਿਹੜਾ ਹੜਤਾਲ ਹੈ ਜਾਂ ਜਿਹੜਾ ਵਿਰੋਧ ਹੈ ਕਿਸਾਨੀ ਦਾ ਕਿਸਾਨੀ ਦੇ ਕਾਨੂੰਨਾਂ ਦੇ ਜਿਹੜਾ ਵਿਰੋਧ ਹੈ ਉਹ ਇਕੱਲੇ ਪੰਜਾਬ ਦਾ ਹੈ ਫਿਰ ਕਹਿੰਦੇ ਪੰਜਾਬ ਤੇ ਹਰਿਆਣੇ ਦਾ ਫਿਰ ਕਹਿੰਦੇ ਪੰਜਾਬ ਹਰਿਆਣੇ ਤੇ ਉੱਤਰਾਖੰਡ ਦਾ ਫਿਰ ਕਹਿੰਦੇ ਪੰਜਾਬ ਹਰਿਆਣੇ ਤੇ ਯੂਨਾ ਦੀ ਕਰਨਾ ਪ੍ਰੋਬਲਮ हर रोज लगभग एक दिन च 3-4 हज़ार बंदे नूं मिलदा पंजाब दे कोने कोने तो चाहे वह डेरा बाबा नानक तो भोआ तो पठानकोट तो फाजिलका तो जलालाबाद तो सानेवाल तो समराले तो ਉਧਰੋਂ ਮੋਹਾਲੀ ਤੋਂ ਇਧਰੋਂ ਅਨੰਦਪੁਰ ਸਾਹਿਬ ਤੋਂ ਨੰਗਲ ਤੋਂ ਟਾਂਡੇ ਤੋਂ ਦਸੂਏ ਤੋਂ ਮਕੇਰੀਏ ਤੋਂ ਸੱਤ ਲੋਕ ਆਉਂਦੇ ਨੇ ਇੱਥੇ ਮਿਲਦੇ ਆ ਉਹ ਮੇਰੇ ਘਰ ਆਉਂਦੇ ਨੇ ਰੋਟੀ ਖਾ ਕੇ ਜਾਂਦੇ ਨੇ ਚਾਹ ਪਾਣੀ ਪੀ ਕੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੀ ਗੱਲਾਂ ਸੁਣਦੇ ਹਾਂ ਅਸ ਅਤੇ ਨਾਲੇ ਤਾਂ ਸਾਡੀ ਆਪਸ 'ਚ ਗੱਲਬਾਤ ਹੋ ਜਾਂਦੀ ਹੈ ਪਾਰਟੀ ਪੱਧਰ 'ਤੇ ਮੈਂ ਪ੍ਰਧਾਨ ਹਾਂ ਉਹ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਮੇਰੇ ਗੱਲ 'ਚ ਆਪੱਤੀ ਨਹੀਂ ਹੋਣੀ ਚਾਹੀਦੀ ਕਿਸੇ ਅਤੇ ਨਾ ਹੀ ਨੁਕਸਾਨ ਪਹੁੰਚਾ ਰਿਹਾ ਕਿ ਅਸੀਂ ਬਾਹਰ ਜਾਈਏ ਬਾਹਰ ਜਾ ਕੇ ਕੋਈ ਰੈਲੀ ਕਰਾਂਗੇ ਜਾਂ ਕੋਈ ਮੀਟਿੰਗ ਕਰਾਂਗੇ ਤਾਂ ਉਹ ਵੱਡਾ ਰੂਪ ਧਾਰਨ ਕਰਜੂ ਸੁਖਬੀਰ ਬਾਦਲ ਨੇ ਜੋ ਜਿਸ ਤਰ੍ਹਾਂ ਦਾ ਬਣਾਇਆ ਸੀ ਪ੍ਰੋਗਰਾਮ ਉਹ ਬਾਅਦ ਦੇ ਵਿੱਚ ਕਹਿਣ ਲੱਗੇ ਕਾਂਗਰਸੀ ਨੇ ਅਕਾਲੀ ਨੇ ਉਹਨਾਂ ਨੂੰ ਪ੍ਰੋਗਰਾਮ ਕੈਂਸਲ ਕਰਨਾ ਪੈ ਗਿਆ ਕਿਉਂਕਿ ਇਸ ਗੱਲ ਦਾ ਉਹੀ ਤਾਂ ਸਿਆਪਿਆਂ ਦੀ ਜੜ ਨੇ ਅਕਾਲੀ ਦਲ ਵਾਲੇ ਇਸ ਇਹਨਾਂ ਕਾਨੂੰਨਾਂ ਵਾਸਤੇ ਅਤੇ ਉਹੀ ਜਾ ਕੇ ਹੁਣ ਰੈਲੀਆਂ ਕਰਨਗੇ ਉਹੀ ਬੰਦੇ ਮੋਟਰਸਾਈਕਲ 'ਤੇ ਤੁਸੀਂ ਲਈ ਫਿਰੋਗੇ 100 ਦਿਨ ਵਾਸਤੇ ਤਾਂ ਜਾਂ ਫਿਰ ਤੁਹਾਡੀ ਰੈਲੀ ਕਰਕੇ ਜਾਂ ਤੁਹਾਡੀ ਰੋਡ ਸ਼ੋਅ ਕਰਕੇ ਕਿਸਾਨਾਂ 'ਤੇ ਫਿਰ ਪਾਣੀ ਦੀਆਂ ਬਿਸ਼ਾਰਾਂ ਹੋਣਗੀਆਂ ਡਾਂਗਾਂ ਪੈਣਗੀਆਂ ਪਰਚੇ ਦਰਜ ਹੋਣਗੇ ਫਿਰ ਇਹਦਾ ਮਤਲਬ ਤੁਸੀਂ ਨਾ ਕਿਤੇ ਕਿਸੇ ਨਾ ਕਿਤੇ ਤੁਸੀਂ ਕਿਸਾਨ ਮੋਰਚੇ ਨੂੰ ਡੈਮੇਜ ਕਰ ਰਹੇ ਹੋ ਨੁਕਸਾਨ ਪਹੁੰਚਾ ਰਹੇ ਸਰ ਸਟੇਟ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਸਾਜਿਸ਼ਾਂ ਰਚੀਆਂ ਇਹ ਅਕਾਲੀ ਦਲ ਆਰੋਪ ਲਾਉਂਦਾ ਕਿ ਕਾਂਗਰਸ ਇਹ ਸਭ ਕੁਝ ਤਾਂ ਕਰਵਾ ਰਹੀ ਹੈ ਜਿਹੜਾ ਵਿਰੋਧ ਦੇ ਵਿੱਚ ਕਿਸਾਨਾਂ ਦੇ ਰਾਸ਼ਟਰਪਤੀ ਰਾਜ ਕਿਉਂ ਲਾਗੂ ਹੋਊਗਾ ਵੀ ਅਮਨ ਸ਼ਾਂਤੀ ਨਾਲ ਰਹਿੰਦੇ ਹਾਂ ਅਸੀਂ ਲੋਕ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਕਿਸਾਨ ਕਹਿੰਦੇ ਨੇ ਕਿ ਭਾਈ ਬੀਜੇਪੀ ਦਾ ਅਸੀਂ ਵਿਰੋਧ ਕਰਾਂਗੇ ਬਾਕੀ ਪਾਰਟੀਆਂ ਨੂੰ ਸਵਾਲ ਪੁੱਛਾਂਗੇ ਅਤੇ ਸਵਾਲ ਪੁੱਛ ਲਏ ਤਾਂ
ਡੈਮੋਕ੍ਰੈਟਿਕ ਰਾਈਟ ਆ ਉਹਨਾਂ ਦਾ। ਆਮ ਆਦਮੀ ਪਾਰਟੀ ਕੀ ਦੇਖਦੀ ਹੈ, ਪਿੰਡਾਂ 'ਚ ਜਾਏਗੀ, ਸਵਾਲ ਪੁੱਛੇਗੀ, ਜੇ ਜਦੋਂ ਮਰਜ਼ੀ ਪੁੱਛ ਲੈਣ, ਸਾਨੂੰ ਤਾਂ ਇਸ ਤੋਂ ਪਹਿਲੇ ਤੋਂ ਨਾਲ ਆ। ਪਾਰਲੀਮੈਂਟ ਸਭ ਤੋਂ ਪਹਿਲਾਂ ਮੁੱਦਾ ਮੈਂ ਹੀ ਉਠਾਇਆ ਸੀ ਕਿਸਾਨੀ ਦਾ ਕਿ ਆਹ ਪੰਗਾ ਪਊਗਾ ਇਹਨਾਂ ਦਾ, ਸਾਨੂੰ ਕੋਈ ਭਰਾਉਣ ਨਹੀਂ। ਬਲਕਿ ਮੈਨੂੰ ਤਾਂ ਲੋਕ ਇਹ ਵੀ ਕਹਿ ਕੇ ਜਾਂਦੇ ਨੇ ਕਿ ਮਾਨ ਸਾਹਿਬ ਤੁਹਾਡਾ ਧੰਨਵਾਦ, ਸੁਖਬੀਰ ਬਾਦਲ ਮੋਟਰ 'ਤੇ ਬਹਿ ਕੇ ਤਾਸ਼ ਖੇਡਣ ਲੱਗਾ ਅਤੇ ਚਾਹ ਪੀਣ ਲੱਗ ਪਿਆ। ਇੱਦੂ ਪਹਿਲਾਂ ਕਦੇ ਮੋਟਰ 'ਤੇ ਬੈਠਾ ਸੀ ਉਹ ਹੈਲੀਕਾਪਟਰ 'ਤੇ ਲੰਘ ਜਾਂਦੇ ਸੀ। ਇਹ ਸਭ ਧਰਤੀ 'ਤੇ ਆਉਣਗੇ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।